ਉੱਤਰ ਭਾਰਤ ਦੇ ਵਿੱਚ ਮੌਨਸੂਨ ਦੀ ਐਂਟਰੀ ਤੋਂ ਬਾਅਦ ਚੰਡੀਗੜ੍ਹ ਦੀ ਜੇ ਸੁਖਨਾ ਲੇਕ ਦੀ ਗੱਲ ਕੀਤੀ ਜਾਵੇ ਤਾਂ ਸੁਖਨਾ ਲੇਕ ਦੇ ਉੱਤੇ ਵੀ ਜਿਹੜੀ ਰੌਣਕ ਹੈ ਉਹ ਮੁੜ ਤੋਂ ਪਸਰ ਆਈ ਹੈ, ਕਿਉਂਕਿ ਬੀਤੀ ਦੌਰ ਦੇ ਵਿੱਚ ਜਿਸ ਤਰ੍ਹਾਂ ਤਪਤੀ ਗਰਮੀ ਅਤੇ ਲੂ ਲੋਕਾਂ ਨੂੰ ਤੰਗ ਅਤੇ ਪਰੇਸ਼ਾਨ ਕਰ ਰਹੀ ਸੀ, ਪਰੰਤੂ ਹੁਣ ਜਿਸ ਤਰ੍ਹਾਂ ਮੌਸਮ ਦੇ ਵਿੱਚ ਠੰਡਕ ਹੋਈ ਹੈ ਉਸ ਤੋਂ ਬਾਅਦ ਲੋਕ ਸੁਖਨਾ ਲੇਕ ਦੇ ਉੱਤੇ ਆਨੰਦ ਮਾਨਣ ਜ਼ਰੂਰ ਪਹੁੰਚ ਰਹੇ ਨੇ। ਮੇਰੇ ਪਿੱਛੇ ਦੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾਈਆਂ ਜਾਣ ਕਿ ਜਿੰਨੇ ਵੀ ਲੋਕ ਨੇ ਉਹ ਅੱਜ ਪੂਰਾ ਇੱਕ ਨਜ਼ਾਰਾ ਲੈਣ ਪਹੁੰਚੇ ਹੋਏ ਨੇ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਉੱਤੇ, ਕਿਉਂਕਿ ਇਹ ਜਿਹੜੀ ਮੌਨਸੂਨ ਦੀ ਐਂਟਰੀ ਹੋਈ ਹੈ, ਪਹਿਲੀ ਬਰਸਾਤ ਹੋਈ ਹੈ ਚੰਡੀਗੜ੍ਹ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਠੰਡਕ ਹੈ ਉਹ ਹੁਣ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤੋਂ ਜੇਕਰ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕਾਫੀ ਦਿਨ ਲਗਾਤਾਰ ਜਿਹੜਾ ਟੈਂਪਰੇਚਰ ਸੀ ਉਹ ਵੱਧ ਰਿਹਾ ਸੀ, ਜਿਹੜਾ ਪਾਰਾ ਸੀ ਉਹ ਲਗਾਤਾਰ ਵੱਧ ਰਿਹਾ ਸੀ, ਕਿਉਂਕਿ ਜਿਹੜਾ ਟੈਂਪਰੇਚਰ ਸੀ ਉਹ ਦੁਬਈ ਵਰਗਾ ਹੋਣਾ ਮਹਿਸੂਸ ਕੀਤਾ ਜਾ ਰਿਹਾ ਸੀ, ਕਿਉਂਕਿ 47 ਡਿਗਰੀ ਤੱਕ ਚੰਡੀਗੜ੍ਹ ਦੇ ਨਾਲ ਪੰਜਾਬ ਦਾ ਟੈਂਪਰੇਚਰ ਵੀ ਮਾਪਿਆ ਗਿਆ ਸੀ। ਪਰੰਤੂ ਉਸ ਤੋਂ ਬਾਅਦ ਮੌਨਸੂਨ ਦੀ ਐਂਟਰੀ ਹੁੰਦੀ ਹੈ ਅਤੇ ਪਹਿਲੀ ਬਰਸਾਤ ਹੁੰਦੀ ਹੈ, ਅਤੇ ਉਸ ਤੋਂ ਬਾਅਦ ਹੁਣ ਮੌਸਮ ਦੇ ਵਿੱਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਜਿਹੜਾ ਟੈਂਪਰੇਚਰ ਹੈ, ਜੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਦਾ ਜਿਹੜਾ ਟੈਂਪਰੇਚਰ ਹੈ ਉਹ 30 ਤੋਂ 32 ਕੁ ਡਿਗਰੀ ਜਿਹੜਾ ਨੋਟ ਕੀਤਾ ਜਾ ਰਿਹਾ, ਪਰੰਤੂ ਇਸ ਸਮੇਂ ਜਿਹੜੀ ਧੁੱਪ ਹੈ ਉਹ ਬਿਲਕੁਲ ਵੀ ਨਹੀਂ ਹੈ, ਜਿਸ ਕਰਕੇ ਹੁਣ ਇਹ ਰੌਣਕ ਚੰਡੀਗੜ੍ਹ ਦੀ ਲੇਕ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ। ਜਿਹੜੇ ਲੋਕ ਇਸ ਝੀਲ ਦੇ ਉੱਤੇ ਨਜ਼ਾਰਾ ਲੈਣ ਪਹੁੰਚਦੇ ਨੇ, ਬੋਟਿੰਗ ਦਾ ਆਨੰਦ ਲੈਣ ਪਹੁੰਚਦੇ ਨੇ, ਜਾਂ ਇੱਥੇ ਦੀ ਜਿਹੜੀ ਚਹਿਲ ਪਹਿਲ ਹੈ ਉਸਨੂੰ ਵੇਖਣ ਪਹੁੰਚਦੇ ਨੇ, ਤਾਂ ਉਹ ਅੱਜ ਇਸ ਸਮੇਂ ਇੱਥੇ ਨਜ਼ਾਰਾ ਲੈਂਦੇ ਲੁਫਤ ਲੈਂਦੇ ਨਜ਼ਰ ਆ ਰਹੇ ਨੇ। ਕਿਉਂਕਿ ਇਸ ਸਮੇਂ ਜਿਹੜਾ ਪਾਣੀ ਦਾ ਪੱਧਰ ਹੈ, ਜੇ ਝੀਲ ਦੀ ਗੱਲ ਕੀਤੀ ਜਾਵੇ, ਜਿਹੜਾ ਪਾਣੀ ਦਾ ਪੱਧਰ ਹੈ ਉਸ ਦੇ ਵਿੱਚ ਵੀ ਹਲਕਾ ਫੁਲਕਾ ਇਜ਼ਾਫਾ ਜ਼ਰੂਰ ਹੋਇਆ। ਇਸ ਤੋਂ ਪਹਿਲਾਂ ਜਦੋਂ ਬਿਲਕੁਲ ਗਰਮੀ ਸੀ, ਬਿਲਕੁਲ ਤਪਸ਼ ਸੀ, ਲੂ ਸੀ, ਉਦੋਂ ਜਿਹੜਾ ਪਾਣੀ ਦਾ ਪੱਧਰ ਸੀ ਉਹ ਵੀ ਕਾਫੀ ਜ਼ਿਆਦਾ ਹੇਠ ਚਲਾ ਗਿਆ ਸੀ, ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਪਹਿਲੀ ਬਰਸਾਤ ਹੋਈ ਹੈ, ਜਿਹੜਾ ਪਹਾੜੀ ਇਲਾਕਿਆਂ ਤੋਂ ਜਿਹੜਾ ਪਾਣੀ ਆਉਂਦਾ, ਜਿਵੇਂ ਗਲੇਸ਼ੀਅਰ ਵੀ ਪਿਘਲ ਰਹੇ ਨੇ, ਉਹਨਾਂ ਦਾ ਵੀ ਜਿਹੜਾ ਪਾਣੀ ਆ ਰਿਹਾ, ਉਸ ਦੇ ਨਾਲ ਵੀ ਕਿਤੇ ਨਾ ਕਿਤੇ ਹਲਕਾ ਫੁਲਕਾ ਇਜ਼ਾਫਾ ਜ਼ਰੂਰ ਹੋਇਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬਰਸਾਤ ਦੱਸੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਰਸਾਤ ਹੈ ਉਹ ਜ਼ੋਰਾਂ 'ਤੇ ਹੋਵੇਗੀ, ਉਸ ਤੋਂ ਬਾਅਦ ਜਿਹੜਾ ਇਹ ਪਾਣੀ ਦਾ ਪੱਧਰ ਹੈ ਉਹ ਹੋਰ ਵੀ ਵਧੇਗਾ। ਅਤੇ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ, ਜਿਹੜੇ ਪੱਥਰ ਨੇ ਉਹ ਪੱਥਰ ਨਜ਼ਰ ਆ ਰਹੇ ਨੇ, ਕਿਉਂਕਿ ਇਸ ਸਮੇਂ ਜਿਹੜਾ ਪੱਥਰਾਂ ਦਾ ਇੱਕ ਟੱਚ ਬਣਿਆ ਹੋਇਆ, ਇੱਕ ਜੇ ਤੁਸੀਂ ਦੋ ਹਿੱਸਿਆਂ ਦੇ ਵਿੱਚ ਇਹ ਪੱਥਰਾਂ ਦੀ ਜਿਹੜੀ ਲਾਈਨ ਨੂੰ ਵੇਖੋਗੇ ਕਿ ਇੱਕ ਲਾਈਨ ਜਿਹੜੀ ਇਸ ਤਰ੍ਹਾਂ ਨਜ਼ਰ ਆ ਰਹੀ ਹੈ, ਜਿਹੜੀ ਪਾਣੀ ਦੇ ਵਹਾਅ ਦੇ ਨਾਲ ਜਿਹੜੇ ਪੱਥਰ ਨੇ ਉਹ ਘਸੇ ਹੋਏ ਨੇ, ਉਹਨਾਂ ਦੇ ਉੱਤੇ ਇੱਕ ਲਾਈਨ ਵੱਜੀ ਹੋਈ ਹੈ, ਇੱਕ ਤਰੀਕੇ ਦੇ ਨਾਲ ਇੱਕ ਮਾਰਕਿੰਗ ਹੋਈ ਹੋਈ ਹੈ, ਕਿਉਂਕਿ ਉੱਥੇ ਤੱਕ ਇਹ ਜਿਹੜਾ ਪਾਣੀ ਹੈ ਉਹ ਪਹੁੰਚ ਜਾਂਦਾ ਜਦੋਂ ਬਰਸਾਤ ਪੂਰੇ ਜੋਬਨ 'ਤੇ ਹੁੰਦੀ ਹੈ। ਪਰ ਅਜੇ ਜਿਹੜੀ ਬਰਸਾਤ ਹੈ ਉਹ ਜੋਬਨ 'ਤੇ ਨਹੀਂ ਹੈ, ਕਿਉਂਕਿ ਪਹਿਲੀ ਬਰਸਾਤ ਹੋਈ ਹੈ, ਐਂਟਰੀ ਹੋਈ ਹੈ ਮਾਨਸੂਨ ਦੀ, ਉਸ ਤੋਂ ਬਾਅਦ ਪਹਿਲੀ ਬਰਸਾਤ ਹੋਈ ਹੈ, ਉਸ ਤੋਂ ਬਾਅਦ ਜਿਹੜਾ ਹਲਕਾ ਫੁਲਕਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਵੀ ਜ਼ਰੂਰ ਵਧਿਆ ਹੈ, ਅਤੇ ਜਿਹੜੇ ਲੋਕ ਆਨੰਦ ਮਾਨਣ ਪਹੁੰਚੇ ਨੇ ਉਹ ਇਸ ਸਮੇਂ ਲੁਫਤ ਲੈ ਰਹੇ ਨੇ, ਜਿਹੜੇ ਬੋਟਿੰਗ ਦਾ ਆਨੰਦ ਲੈਣਾ ਚਾਹੁੰਦੇ ਨੇ ਉਹ ਬੋਟਿੰਗ ਕਰ ਰਹੇ ਨੇ, ਅਤੇ ਜਿਹੜੇ ਬੱਚੇ ਛੋਟੀਆਂ ਬੋਟਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਵੀ ਆਨੰਦ ਮਾਣ ਰਹੇ ਨੇ, ਅਤੇ ਦੂਜੇ ਪਾਸੇ ਝੂਲੇ ਵੀ ਲੱਗੇ ਹੋਏ ਨੇ ਉੱਥੇ ਵੀ। ਅੱਜ ਜਿਹੜੇ ਛੋਟੇ ਬੱਚੇ ਨੇ, ਨੌਜਵਾਨ ਨੇ ਜਾਂ ਬਜ਼ੁਰਗ ਨੇ, ਉਹ ਪਹੁੰਚੇ ਹੋਏ ਨੇ ਆਪਣੀ ਫੈਮਿਲੀਜ਼ ਦੇ ਨਾਲ, ਇੱਥੇ ਜਿਹੜਾ ਆਨੰਦ ਮਾਣ ਰਹੇ ਨੇ, ਕਿਉਂਕਿ ਇੱਕ ਪਾਸੇ ਜਿਹੜੀ ਮੌਸਮ ਦੀ ਤਪਸ਼ ਸੀ ਉਸ ਤੋਂ ਨਿਜ਼ਾਤ ਮਿਲੀ ਹੈ, ਅਤੇ ਦੂਜੇ ਪਾਸੇ ਜਿਹੜੀ ਹਲਕੀ ਫੁਲਕੀ ਠੰਡਕ ਹੈ ਮਹਿਸੂਸ ਕੀਤੀ ਜਾ ਰਹੀ ਹੈ। ਅਤੇ ਇਸ ਸਮੇਂ ਜਿਹੜਾ ਇਸ ਸਮੇਂ ਦਾ ਟੈਂਪਰੇਚਰ ਵੀ ਹੈ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਨਜ਼ਰ ਆ ਰਹੀ ਹੈ, ਕਿਉਂਕਿ ਜੇ ਪਹਿਲੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਮੁਕਾਬਲੇ ਜਿਹੜਾ ਟੈਂਪਰੇਚਰ ਹੈ ਉਹ ਕਰੀਬ 20 ਕੁ ਡਿਗਰੀ ਤਾਂ ਹੇਠ ਜ਼ਰੂਰ ਆਇਆ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਬਰਸਾਤ ਹੋਏਗੀ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਝੀਲ ਦਾ ਨਜ਼ਾਰਾ ਹੈ ਉਹ ਹੋਰ ਵੀ ਵਧੇਗਾ, ਕਿਉਂਕਿ ਜਦੋਂ ਜਦੋਂ ਬਰਸਾਤ ਹੁੰਦੀ ਹੈ, ਜਦੋਂ ਜਦੋਂ ਠੰਡਕ ਹੁੰਦੀ ਹੈ, ਉਦੋਂ ਸਿਟੀ ਬਿਊਟੀਫੁੱਲ ਦੇ ਜਿਹੜੇ ਲੋਕ ਨੇ ਉਹ ਇਸ ਲੇਕ ਦੇ ਉੱਤੇ ਹਮੇਸ਼ਾ ਹੀ ਰੌਣਕ ਦੇ ਤੌਰ 'ਤੇ ਪਹੁੰਚਦੇ ਨੇ। ਅਤੇ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਅਤੇ ਸਿਰਫ ਇੱਥੇ ਉਹੀ ਲੋਕ ਨਜ਼ਰ ਆ ਰਹੇ ਸੀ ਜਿਹੜੇ ਸ਼ਾਮ ਅਤੇ ਸਵੇਰੇ ਸੈਰ ਕਰਨ ਆਉਂਦੇ ਨੇ, ਕਿਉਂਕਿ ਜਿਹੜੇ ਨਵੇਂ ਨੌਜਵਾਨ ਹੁੰਦੇ ਨੇ, ਛੋਟੇ ਬੱਚੇ ਹੁੰਦੇ ਨੇ, ਉਹ ਨਹੀਂ ਸੀ ਪਹੁੰਚ ਰਹੇ। ਪਰ ਜਿਹੜੇ ਸੈਰ ਕਰਨ ਵਾਲੇ, ਜਿਹੜੇ ਜਿਨ੍ਹਾਂ ਦਾ ਰੈਗੂਲਰ ਵਿਊ ਬਣਿਆ ਹੋਇਆ, ਉਹ ਹੀ ਇੱਥੇ ਨਜ਼ਰ ਆ ਰਹੇ ਸੀ। ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ
ਪੂਰਾ ਮੌਸਮ ਦਾ ਆਨੰਦ ਮਾਣਨ ਲੋਕ ਪੂਰੀ ਤਰ੍ਹਾਂ ਦੇ ਨਾਲ ਪਹੁੰਚੇ ਹੋਏ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੌਸਮ ਵਿਭਾਗ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜਾ ਬਰਸਾਤ ਹੈ ਮੌਸਮ ਹੈ ਉਹ ਹੋਰ ਵੀ ਵਧੇਗਾ, ਬਰਸਾਤ ਹੋਰ ਵੀ ਜ਼ੋਰਾਂ 'ਤੇ ਹੋਏਗੀ ਅਤੇ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਪੱਧਰ ਹੈ ਉਹ ਵੀ ਵਧੇਗਾ, ਕਿਉਂਕਿ ਜੇਕਰ ਇਸ ਤੋਂ ਇੱਕ ਸਾਈਡ 'ਤੇ ਇੱਕ ਪਛੜ ਡੈਮ ਹੈ ਉਸ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜਾ ਪਾਣੀ ਦਾ ਪੱਧਰ ਸੀ ਬਿਲਕੁਲ ਖਤਮ ਹੋ ਗਿਆ ਸੀ, ਕਿਉਂਕਿ ਉਹ ਇੱਕ ਤਰੀਕੇ ਦੇ ਨਾਲ ਸੁੱਕ ਗਿਆ ਸੀ, ਪਰ ਉਸ ਦੇ ਵਿੱਚ ਵੀ ਹੁਣ ਹਲਕਾ ਫੁਲਕਾ ਇਜ਼ਾਫਾ ਹੋਇਆ ਅਤੇ ਜਿਹੜਾ ਇਹ ਸੁਖਨਾ ਲੇਕ ਹੈ ਇਸ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਹੈ ਅਜੇ ਹਲਕਾ ਫੁਲਕਾ ਜ਼ਰੂਰ ਵਧਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਜ਼ਾਫਾ ਹੋਵੇਗਾ ਅਤੇ ਜਿਹੜੇ ਝੀਲ ਦੇ ਵਿੱਚ ਕੁਝ ਮਾਰਕਿੰਗ ਵੀ ਕੀਤੀ ਹੋਈ ਹੈ, ਜਿਹੜੇ ਪਾਣੀ ਦੇ ਵਿੱਚ ਤੁਸੀਂ ਵੇਖ ਰਹੇ ਹੋਵੋਗੇ ਕਿ ਮਾਰਕਿੰਗ ਕੀਤੀ ਹੋਈ ਹੈ, ਇੱਕ ਬਾਲਸ ਲਾਏ ਹੋਏ ਨੇ ਉਹਨਾਂ ਦੇ ਉੱਤੇ ਇੱਕ ਪੈਰਾਮੀਟਰਸ ਲਿਖਿਆ ਹੋਇਆ ਅਤੇ ਜਦੋਂ ਪਾਣੀ ਦਾ ਪੱਧਰ ਪੂਰੇ ਜ਼ੋਰਾਂ 'ਤੇ ਹੁੰਦਾ ਹੈ, ਪਾਣੀ ਜੋਬਨ 'ਤੇ ਹੁੰਦਾ, ਬਰਸਾਤ ਜੋਬਨ 'ਤੇ ਹੁੰਦੀ ਹੈ, ਤਾਂ ਉਹ ਜਿਹੜੇ ਉਹ ਪੈਰਾਮੀਟਰਸ ਲੱਗੇ ਹੋਏ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਅਤੇ ਜਿਹੜਾ ਇੱਕ ਅਲਰਟ ਹੈ ਉਹ ਵੀ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ ਜੇ ਝੀਲ ਦੇ ਵਿੱਚ ਪਾਣੀ ਵੱਧਦਾ ਹੈ ਤਾਂ ਉਹਨੂੰ ਛੱਡਣ ਦੇ ਲਈ ਵੀ ਇੱਕ ਸਿਸਟਮ ਬਣਾਇਆ ਹੋਇਆ ਅਤੇ ਇਸ ਸਮੇਂ ਜੇ ਤੁਸੀਂ ਲੋਕਾਂ ਦੀ ਗੱਲ ਕਰੋਗੇ, ਛੋਟੇ ਬੱਚਿਆਂ ਦੀ ਗੱਲ ਕਰੋਗੇ ਜਿਹੜੇ ਇਸ ਥਾਂ ਦੇ ਉੱਤੇ ਆਨੰਦ ਮਾਣਨ ਪਹੁੰਚੇ ਨੇ, ਉਹ ਤਸਵੀਰਾਂ ਤੁਸੀਂ ਖੁਦ ਵੇਖ ਸਕਦੇ ਹੋ ਕਿ ਜਿਹੜੀ ਬੋਟਿੰਗ ਹੈ ਉਹ ਜ਼ੋਰਾਂ 'ਤੇ ਚੱਲ ਰਹੀ ਹੈ, ਕਿਉਂਕਿ ਕਈ ਦਿਨ ਪਹਿਲਾਂ ਜਿਹੜੀ ਬੋਟਿੰਗ ਸੀ ਬਿਲਕੁਲ ਬੰਦ ਹੀ ਹੋ ਗਈ ਸੀ, ਕਿਉਂਕਿ ਤਪਸ਼ ਅਤੇ ਲੂ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਪੂਰੀ ਤਰ੍ਹਾਂ ਦੇ ਨਾਲ ਮਜਬੂਰ ਕਰ ਦਿੱਤਾ ਸੀ, ਪਰ ਅੱਜ ਲੋਕ ਪਹਿਲੀ ਬਰਸਾਤ ਦੇ ਨਾਲ ਇਹ ਜਿਹੜੀ ਠੰਡਕ ਹੈ, ਜਿਹੜੀ ਰੌਣਕ ਹੈ, ਜਿਹੜਾ ਸੁਖਨਾ ਲੇਕ ਦਾ ਨਜ਼ਾਰਾ ਹੈ, ਲੁਫਤ ਹੈ, ਉਹ ਮਾਨਣ ਪਹੁੰਚੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਇਜ਼ਾਫਾ ਹੈ ਹੋਰ ਵੀ ਵਧੇਗਾ, ਕਿਉਂਕਿ ਜੇ ਸੁਖਨਾ ਲੇਕ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਦੁਨੀਆ ਦੇ ਵਿੱਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਕਾਫੀ ਜ਼ਿਆਦਾ ਮਸ਼ਹੂਰ ਹੈ ਅਤੇ ਸੁਖਨਾ ਲੇਕ ਨੂੰ ਹਰ ਕੋਈ ਵੇਖਣ ਆਉਣਾ ਚਾਹੁੰਦਾ ਜ਼ਰੂਰ ਹੈ, ਪਰ ਜਿਹੜੇ ਸੈਲਾਨੀ ਨੇ ਉਹ ਵੀ ਪਹੁੰਚਦੇ ਨੇ ਅਤੇ ਹੁਣ ਜਿਸ ਤਰ੍ਹਾਂ ਠੰਡਕ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ, ਬੱਚੇ ਬਜ਼ੁਰਗ ਸਾਰੇ ਆਨੰਦ ਮਾਣਨ ਜ਼ਰੂਰ ਪਹੁੰਚ ਰਹੇ ਨੇ। ਹਾਲਾਂਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਆਈ ਹੈ, ਮੌਨਸੂਨ ਦੀ ਐਂਟਰੀ ਤੋਂ ਬਾਅਦ ਜਿਹੜੀ ਰੌਣਕਾਂ ਨੇ ਉਹ ਚੰਡੀਗੜ੍ਹ ਦੇ ਵਿੱਚ ਮੁੜ ਤੋਂ ਪਰਤੀਆਂ ਨੇ, ਖਾਸ ਕਰਕੇ ਸੁਖਨਾ ਲੇਕ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਪੂਰਾ ਸਾਲ ਮੰਨੀਆਂ ਜਾਂਦੀਆਂ ਨੇ, ਭਾਵੇਂ ਸਰਦੀ ਜ਼ੋਰਾਂ 'ਤੇ ਹੋਵੇ ਭਾਵੇਂ ਗਰਮੀ ਵੀ ਜ਼ੋਰਾਂ 'ਤੇ ਹੋਵੇ, ਪਰ ਇਸ ਥਾਂ ਦੇ ਉੱਤੇ ਰੌਣਕ ਜ਼ਰੂਰ ਨਜ਼ਰ ਆਉਂਦੀ ਹੈ। ਪਰ ਇਸ ਵਾਰ ਜਿਹੜੀ ਰੌਣਕ ਸੀ ਉਹ ਕਿਤੇ ਨਾ ਕਿਤੇ ਗੁੰਮ ਹੋ ਗਈ ਸੀ ਜਦੋਂ ਤਪਸ਼ ਅਤੇ ਲੂ ਨੇ ਲੋਕਾਂ ਨੂੰ ਛੋਟੇ ਬੱਚਿਆਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਸੀ, ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤੇ ਗਏ ਸੀ, ਕਿਉਂਕਿ ਜਿਹੜਾ ਸਮਾਂ ਸਾਰਨੀ ਸੀ ਉਹ ਤੈਅ ਕਰ ਦਿੱਤੀ ਗਈ ਸੀ ਕਿ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 3 ਵਜੇ ਤੱਕ ਘਰਾਂ ਦੇ ਵਿੱਚ ਹੀ ਰਿਹਾ ਜਾਵੇ, ਬਾਹਰ ਨਾ ਨਿਕਲਿਆ ਜਾਵੇ। ਅਤੇ ਹੁਣ ਜਿਹੜੀ ਮੌਸਮ ਦੇ ਵਿੱਚ ਥੋੜ੍ਹੀ ਠੰਡਕ ਆਈ ਹੈ ਉਸ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਜਿਹੜਾ ਲੁਫਤ ਲੈਣ ਦਾ ਨਜ਼ਾਰਾ ਹੈ ਉਹ ਬਿਲਕੁਲ ਨਜ਼ਰ ਆ ਰਿਹਾ। ਸੋ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਤੇ ਇੱਥੇ ਜਿਹੜੇ ਲੋਕ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਉਹਨਾਂ ਤੋਂ ਵੀ ਜਾਣਾਂਗੇ ਕਿ ਅੱਜ ਤੁਸੀਂ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋ ਅਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਮੌਸਮ ਦਾ ਥੋੜ੍ਹਾ ਬਹੁਤਾ ਨਜ਼ਾਰਾ ਨਜ਼ਰ ਆ ਰਿਹਾ, ਕਿਉਂਕਿ ਪਹਿਲੀ ਬਰਸਾਤ ਹੈ, ਉਸ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋ ਰਿਹਾ ਇਹ ਸਭ ਜਿਹੜੇ ਇੱਥੇ ਲੋਕ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਇਸ ਸਮੇਂ ਜਿਹੜਾ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਹੋਇਆ, ਉਸ ਤੋਂ ਬਾਅਦ ਕਾਫੀ ਜ਼ਿਆਦਾ ਠੰਡਕ ਆਈ ਹੈ, ਠੰਡਕ ਤੋਂ ਬਾਅਦ ਕਿੰਨਾ ਕੁ ਪ੍ਰਭਾਵ ਪਏਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਾਫੀ ਜ਼ਿਆਦਾ ਤਬਦੀਲੀ ਵੀ ਆਉਣੀ ਗਈ, ਮੌਨਸੂਨ ਵੀ ਚੇਂਜ ਹੋਏਗਾ, ਉਸ ਤੋਂ ਬਾਅਦ ਵੇਖਾਂਗੇ। ਸੋ ਬਾਈ ਜੀ ਕਿਵੇਂ ਵੇਖ ਰਹੇ ਹੋ ਜਿਹੜਾ ਮੌਸਮ ਦਾ ਬਦਲਾਅ ਹੈ ਅੱਜ ਚੰਡੀਗੜ੍ਹ ਦੇ ਵਿੱਚ ਨਜ਼ਾਰਾ ਵੇਖ ਰਹੇ ਹੋ? ਹਾਂਜੀ ਹਾਂ, ਬਹੁਤ ਵਧੀਆ ਲੱਗ ਰਿਹਾ। ਠੀਕ ਹੈ, ਅਤੇ ਪਹਿਲੀ ਬਰਸਾਤ ਹੋਈ ਹੈ, ਪਹਿਲੀ ਬਰਸਾਤ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਬਦਲਾਅ ਹੋਇਆ ਕਾਫੀ ਜ਼ਿਆਦਾ ਮੌਸਮ ਦੇ ਵਿੱਚ, ਤਾਂ ਇਹ ਕਿਸ ਤਰ੍ਹਾਂ ਲੁਫ਼ਤ ਦੇ ਰਿਹਾ, ਕਿਉਂਕਿ ਜਿਹੜੀ ਇਹ ਲੇਕ ਹੈ ਇਸ ਦੇ ਉੱਤੇ ਪਹਿਲਾਂ ਜਦੋਂ ਗਰਮੀ ਸੀ ਉਦੋਂ ਕਿਤੇ ਨਾ ਕਿਤੇ ਜਿਹੜੀ ਸੁੰਨ ਪਸਰ ਗਈ ਸੀ? ਬਿਲਕੁਲ, ਜਾਇਜ਼ ਹੈ ਜੀ, ਗਰਮੀ ਬਹੁਤ ਜ਼ਿਆਦਾ ਹੋ ਗਈ ਸੀ, ਹੁਣ ਬਾਰਿਸ਼ ਤੋਂ ਬਾਅਦ ਮੌਸਮ ਜ਼ਰੂਰ ਫਰਕ ਪਿਆ ਟੈਂਪਰੇਚਰ ਦਾ, ਤਾਂ ਹੀ ਪਬਲਿਕ ਇੰਜੋਏ ਕਰ ਰਹੀ ਹੈ ਮੌਸਮ ਦਾ ਆਨੰਦ ਮਾਣ ਰਹੀ। ਸੋ ਹੋਰ ਲੋਕ ਵੀ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਜਾਣਾਂਗੇ। ਸੋ ਬਾਈ ਜੀ ਕਿਵੇਂ ਵੇਖ ਰਹੇ ਹੋ ਜਿਹੜਾ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਹੋਇਆ, ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਇੱਥੇ ਰੌਣਕ ਹੈ ਚੰਡੀਗੜ੍ਹ ਦੀ ਜਿਹੜੀ ਲੇਕ 'ਤੇ ਹੈ ਕਾਫੀ ਜ਼ਿਆਦਾ ਪਸਰੀ ਹੈ, ਤਾਂ ਕਿਵੇਂ ਮਹਿਸੂਸ ਕਰ ਰਹੇ, ਕਿਉਂਕਿ ਬੀਤੇ ਦੌਰ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਸੀ? ਹਾਂਜੀ, ਹੁਣ ਤਾਂ ਗਰਮੀ ਹੋ ਗਈ ਬਹੁਤ ਜ਼ਿਆਦਾ, ਵੈਸੇ ਹੁਣ ਮੌਸਮ ਵਧੀਆ, ਜੁਲਾਈ ਦਾ ਮੀਂਹ ਪੈ ਰਿਹਾ ਹੈ, ਉਸ ਤੋਂ ਬਾਅਦ ਬਸ ਹੁਣ ਹੀ ਜੇ ਵੱਟ ਹੋਇਆ, ਰੱਬ ਫਿਰ ਮੀਂਹ ਪਾ ਦੇ ਤਾਂ ਵਧੀਆ।
ਸੋ ਲੋਕਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਬਰਸਾਤ ਹੁੰਦੀ ਹੈ, ਮੀਂਹ ਪੈ ਜਾਂਦਾ, ਤਾਂ ਉਸ ਤੋਂ ਬਾਅਦ ਕਾਫੀ ਜ਼ਿਆਦਾ ਚੇਂਜਸ ਜ਼ਰੂਰ ਹੋਣਗੇ। ਸੋ ਹੋਰ ਲੋਕ ਵੀ ਨੇ, ਉਹਨਾਂ ਤੋਂ ਵੀ ਜਾਣਾਂਗੇ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਪਹਿਲੀ ਬਰਸਾਤ ਹੋਈ ਹੈ, ਹੋਰ ਜਿਹੜੇ ਲੋਕ ਨੇ ਉਹਨਾਂ ਤੋਂ ਵੀ ਜਾਣਾਂਗੇ, ਉਹਨਾਂ ਤੋਂ ਵੀ ਗੱਲ ਕਰਾਂਗੇ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਜਿਹੜੀ ਪਹਿਲੀ ਬਰਸਾਤ ਹੋਈ ਹੈ, ਪਹਿਲੀ ਮਾਨਸੂਨ ਹੋਈ ਹੈ, ਉਸ ਤੋਂ ਬਾਅਦ ਕਿੰਨਾ ਕੁ ਜਿਹੜਾ ਆਨੰਦ ਹੈ ਉਹ ਨਜ਼ਰ ਆ ਰਿਹਾ। ਹਾਲਾਂਕਿ ਤਸਵੀਰਾਂ ਜੇਕਰ ਮੈਂ ਬੋਟਿੰਗ ਦੀ ਕਹਾਂਗਾ ਕੈਮਰਾਮੈਨ ਨੂੰ ਕਿ ਜਿਹੜੀ ਬੋਟਿੰਗ ਹੋ ਰਹੀ ਹੈ ਜੇ ਉਹਨੂੰ ਵੇਖਿਆ ਜਾਵੇ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਇਸ ਸਮੇਂ ਲੁਫਤ ਲਿੱਤਾ ਜਾ ਰਿਹਾ, ਕਾਫੀ ਜ਼ਿਆਦਾ ਨਜ਼ਾਰਾ ਨਜ਼ਰ ਆ ਰਿਹਾ, ਲੋਕ ਆਨੰਦ ਮਾਣ ਰਹੇ ਨੇ। ਅਤੇ ਜਿਹੜੀ ਫੋਟੋਗ੍ਰਾਫੀ ਹੈ, ਇੱਕ ਰੀਲਸ ਬਣਾਉਣ ਦਾ ਜਿਹੜਾ ਕਲਚਰ ਹੈ, ਉਹ ਵੀ ਪੂਰਾ ਨਜ਼ਰ ਆ ਰਿਹਾ ਅਤੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਅਤੇ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਆਨੰਦ ਮਾਣਿਆ ਜਾ ਰਿਹਾ ਅਤੇ ਜਿਹੜਾ ਸੁਖਨਾ ਲੇਕ ਦਾ ਜਿਹੜਾ ਨਜ਼ਾਰਾ ਹੈ ਉਹ ਪੂਰਾ ਮਾਣਿਆ ਜਾ ਰਿਹਾ। ਸੋ ਜਿਹੜੇ ਪੰਛੀ ਨੇ ਉਹ ਵੀ ਇਸ ਸਮੇਂ ਪੂਰਾ ਜਿਹੜਾ ਠੰਡਕ ਹੈ, ਜਿਹੜੀ ਲੁਫਤ ਹੈ, ਉਹਦਾ ਨਜ਼ਾਰਾ ਮਾਣਦੇ ਨਜ਼ਰ ਆ ਰਹੇ ਨੇ। ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀ ਮੌਸਮ ਦੀ ਜਿਹੜੀ ਤਬਦੀਲੀ ਹੈ ਉਹ ਕਿੰਨੀ ਕੁ ਚੇਂਜ ਹੁੰਦੀ ਹੈ, ਜਿਹੜਾ ਪਾਰਾ ਹੈ ਉਹ ਕਿਸ ਤਰ੍ਹਾਂ ਹੇਠਾਂ ਜਾਂਦਾ, ਕਿਉਂਕਿ ਜੁਲਾਈ ਦਾ ਜਿਹੜਾ ਮਹੀਨਾ ਹੁੰਦਾ ਉਸ ਦੇ ਵਿੱਚ ਕਾਫੀ ਜ਼ਿਆਦਾ ਬਰਸਾਤ ਜਿਹੜੀ ਵੱਧਦੀ ਹੈ, ਉਸ ਤੋਂ ਬਾਅਦ ਕਾਫੀ ਜ਼ਿਆਦਾ ਚੇਂਜਸ ਜ਼ਰੂਰ ਨਜ਼ਰ ਆਉਂਦੇ ਨੇ। ਸੋ ਵੀਡੀਓ ਜਰਨਲਿਸਟ ਪ੍ਰਵੀਨ ਦੇ ਨਾਲ ਚਰਨਜੀਤ ਸਿੰਘ ਚੰਨੀ, ਚੰਡੀਗੜ੍ਹ।